ਕੀ ਨਾਮ ਜੀ ਤੁਹਾਡਾ? ਰੋਹਿਤ। ਰੋਹਿਤ ਰੋਹਿਤ ਕੀ ਮਾਜਰਾ ਕੀ ਆ ਯਾਰ ਇਹ ਵਾਲਾ, ਜੋ ਤੁਸੀਂ ਆਏ ਕੀ ਦੇਖਿਆ ਇੱਥੇ? ਭਾਜੀ ਉਹ ਨਾ ਆਪਣੇ ਕਿਤਾ ਕੈਰੀਅਰ ਦੇ ਕੋਲ ਖੜਾ ਸੀ, ਕੁੜੀ ਬਾਹਰ ਖੜੀ ਸੀ, ਅੰਦਰ ਖੜਾ ਸੀ, ਮੈਂ ਜਿੱਦਾਂ ਨੱਠ ਕੇ ਆਇਆ ਨਾ, ਉਹਨੇ ਜਦ ਤੱਕ ਛਾਲ ਮਾਰੀ ਮੈਂ ਉਹਨੂੰ ਦੇਖਿਆ ਉੱਤੇ ਚੜ ਕੇ, ਇੱਕ ਵਾਰੀ ਦੇਖਿਆ ਫਿਰ ਮੈਂ ਉਹਦੀ ਬੇਬੇ ਲੈਣ ਚੱਲ ਗਿਆ, ਬਾਅਦ ਚੋਂ ਨਹੀਂ ਪਤਾ ਲੱਗਿਆ ਕੁਛ। ਬੇਬੇ ਨੂੰ ਮਤਲਬ ਤੁਸੀਂ ਸਹਾਇਤਾ ਲੈਣੀ ਰੱਖੇ ਹੋ? ਹਾਂ ਹਾਂਜੀ, ਬੇਬੇ ਨਾਲ ਆਈ ਸੀ ਮੇਰੇ। ਅੱਛਾ। ਬੇਬੇ ਮੈਂ ਆਪਣੇ ਉਹਦੀ ਪਿੱਛੇ ਖੜੀ ਕਰਿਆ ਸੀ ਮੁੰਡੇ ਦੀ। ਠੀਕ ਆ। ਹਾਂਜੀ, ਫਿਰ ਉਹਦੀ ਮੈਂ ਬੇਬੇ ਲੈਣ ਗਿਆ, ਜਦ ਮੁੜ ਕੇ ਨਹੀਂ ਗਿਆ। ਜਦ ਤੁਸੀਂ ਇੱਕ ਵਾਰ ਉਹਨੇ ਛਾਲ ਮਾਰਤੀ, ਉਹਦੇ ਬਾਅਦ ਤੁਸੀਂ ਆਪਣੀ ਉਹਦੇ ਬਾਅਦ ਚਲ ਗਏ। ਹੁਣ ਤੱਕ ਨਹੀਂ ਲੱਭਾ? ਨਹੀਂ ਹਾਲੇ ਤੱਕ। ਕੀ ਨਾਮ ਮੁੰਡੇ ਦਾ? ਮੁੰਡੇ ਦਾ ਨਾਂ ਸਾਗਰ ਸੰਧੂ। ਕਿੰਨੀ ਕੁ ਉਮਰ? ਮੁੰਡੇ ਦੀ 22 ਸਾਲ ਹੋ ਗਈ। ਦੇਖਦੇ ਦੇਖਦੇ ਆਇਆ ਥੱਲੇ ਨਾ, ਮਿੱਟੀ ਚਿੱਕੜ ਮਿੱਟੀ ਦੀ ਪੂਰੀ ਪਲੇਨ ਜਗ੍ਹਾ ਬਣੀ ਹੋਈ, ਰੁਕਣ ਦੀ ਜਗ੍ਹਾ ਨਹੀਂ ਹੈ। ਅੱਛਾ ਜੀ। ਅਸੀਂ ਗੋਤੇ ਮਾਰ ਦਿੰਦੇ ਸਿੰਪਲ ਤੱਕ ਆ ਗਏ, ਉੱਥੇ ਕਿੱਥੇ ਸਾਡਾ ਤਰੀਕਾ ਜੀ, ਸਮਝ ਤੋਂ ਬਾਰ ਬਾਰ ਗੋਤੇ ਮਾਰੇ, ਉੱਥੇ ਵੀ ਚਲੋ ਇੱਕ ਦੂਏ ਰਲ ਕੇ ਕਿਤੇ ਮਿਲਦੇ, ਪਾਣੀ ਦੀ ਸਪੀਡ ਨਾਲ ਆਦਮੀ ਮੁੜਦਾ ਆਇਆ। ਸੈਂਪਲ ਦੇ ਵਿੱਚ ਵੀ ਵੜ ਗਿਆ ਜੀ, ਸੈਂਪਲ ਦੇ ਵਿੱਚ ਵੜ ਗਿਆ ਜੀ। ਹੁਣ ਸੈਂਪਲ ਦੇ ਜੇ ਸੈਂਪਲ ਦੂਰ ਹੁੰਦਾ ਫਿਰ ਤਾਂ ਮਿਲ ਜਾਣਗੇ। ਪਾਣੀ ਦੀ ਸਪੀਡ ਕਿੱਦਾਂ? ਤੇਜ਼ ਆ? ਤੇਜ਼ ਆ, ਥੋੜ੍ਹੀ ਥੱਲੇ ਵੀ ਤੇਜ਼ ਆ, ਸੈਂਪਲ ਕੋਲ ਵੀ ਤੇਜ਼ ਆ, ਕਿਉਂਕਿ ਹੋ ਸਕਦਾ ਜੇ ਸਾਨੂੰ ਜਦੇ ਫੋਨ ਹੋ ਜਾਂਦਾ ਅੱਧੇ ਘੰਟੇ ਬਾਅਦ ਜਦੋਂ ਸੈਂਪ ਮਿਲ ਜਾਂਦਾ। ਹੁਣ 3 ਘੰਟੇ 4 ਘੰਟੇ ਹੋ ਗਏ ਜੀ। ਤੁਸੀਂ ਕਦੋਂ ਕਹੇ? ਅਸੀਂ 6 ਵਜੇ ਉਰੇ ਆ ਗਏ, 6 ਵਜੇ ਮਤਲਬ ਅੱਧਾ ਘੰਟਾ ਸਾਨੂੰ ਲੱਗ ਜਾਣਾ ਗੋਤੇ ਮਾਰਨ। ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਰੋਪੜ ਤੋਂ ਆਏ ਜੀ। ਪਹਿਲਾਂ ਵੀ ਪਹਿਲਾਂ ਅਸੀਂ ਦੇਖ ਲਓ ਦਰਿਆ ਜਾਏ ਸੀ, ਜਦੇ ਘੰਟਾ ਵੀ ਨਹੀਂ ਲੱਗਿਆ, 4-4 ਡੇਢ ਗੁੜੀਆਂ ਕੱਢੀਆਂ, ਪਿੱਛੇ ਡੋਸੇ ਕਰਨੀ ਵੀ ਮਿਲ ਜਾਂਦੇ, ਜਿੱਥੇ ਹੁੰਦਾ ਸਾਨੂੰ ਮਿਲ ਜਾਂਦਾ, ਪਰ ਇਹ ਪਾਣੀ ਦੀ ਸਪੀਡ ਨਾਲ ਹੀ ਮਿਲਦਾ। ਜਿੱਦਾਂ ਤੁਸੀਂ ਕਹਿੰਦੇ ਹੋ ਕਿ ਸੈਵਰਨ ਦੇ ਥੱਲੇ ਫਸੇ ਹੋ ਸਕਦਾ, ਫਸਿਆ ਹੋ ਸਕਦਾ ਮੁੰਡਾ, ਫਿਰ ਇਹਦਾ ਹੁਣ ਕੀ ਆ? ਇਹਦਾ ਸਰ ਇਹਦੇ ਜੇ ਕੋਈ ਬਣ ਨਹੀਂ ਸਕਦਾ, ਇਹਦਾ ਫੁੱਲ ਕੇ ਉੱਪਰ ਆਊਗਾ 2-3 ਦਿਨਾਂ ਵਾ। ਅੱਛਾ ਜੀ। 2 ਦਿਨ ਲੱਗ ਜਾਣਾ, 3 ਦਿਨ ਲੱਗ ਜਾਣਾ, 4 ਦਿਨ ਲੱਗ ਜਾਣਾ, ਇਹ ਫੁੱਲ ਕੇ ਉੱਪਰ ਆਊਗਾ। ਹੁਣ ਇਸ ਤਰ੍ਹਾਂ ਕੋਈ ਸਾਧਨ ਨਹੀਂ ਹੈ, ਹੋਰ ਕੋਈ ਨਹੀਂ ਜੀ। ਹੁਣ ਜਿਹੜਾ ਵਿਚਾਰਾ ਹੁਣ ਕੋਈ ਵਿਛਣ ਜਾਊਗਾ, ਉਹਨੂੰ ਵੀ ਨਹੀਂ ਆਪਣੇ ਆਪ ਹੀ ਬਸ ਨੂੰ ਕੋਈ ਵੀ ਗੋਤਾ ਖੋਰ ਤੇ ਬਣ ਨਹੀਂ ਸਕਦਾ। ਕੋਈ ਸਿਲੰਡਰ ਲੱਗ ਜਾਵੇ, ਸਿਲੰਡਰ ਲੱਗ ਵੀ ਬੜੂਗਾ, ਗੋਤਾ ਖੋਰ ਗੈਸ ਸਿਲੰਡਰ ਲੱਗੇ ਉਹ ਵੀ ਨਹੀਂ ਬਣ ਸਕਦੇ ਇਹਦੇ ਵਿੱਚ, ਆਪਣੀ ਜਾਨ ਹੈਰੀ ਕੁੰਡੂ ਪਿਆਰੀ ਦੀ। ਸੈਂਪਲ ਤੱਕ ਕੋਈ ਨਹੀਂ ਬਣ ਸਕਦਾ। ਭਾਅ ਜੀ ਕੀ ਜਾਣਕਾਰੀ ਆ ਹੁਣ ਤੱਕ ਜਿਹੜਾ ਮੁੰਡਾ ਡੁੱਬਿਆ ਜੀ? ਜਾਣਕਾਰੀ ਤਾਂ ਗੋਤਾ ਖੋਰ ਮੰਗਾਏ ਸੀ ਰੋਪੜ ਤੋਂ ਫੋਨ ਕਰਕੇ, ਪ੍ਰਾਈਵੇਟ ਗੋਤਾ ਖੋਰ ਹੈ, ਅਤੇ ਉਹਨਾਂ ਨੇ ਸਾਰਾ ਦੇਖਿਆ ਜਿੱਥੋਂ ਤੱਕ ਜਾਣ ਕੇ ਉਹਨਾਂ ਦੀ ਵਾਹ ਚੱਲੀ, ਕੋਈ ਕਲਿਊ ਮਿਲਿਆ ਨਹੀਂ ਹਜੇ। ਅੱਗੇ ਦੇਖੋ ਹੁਣ ਕੀ ਬਣਦਾ।